अमृतसर तो बीजेपी के लोग सभा उम्मीदवार रहे तरनजीत सिंह संधू अज सचखंड श्री हरिमंदर साहब नतमस्तक होए ने। तरनजीत सिंह संधू नाल गल भी कर रहे हैं। संधू साहब अज काफ़ी देर बाद पंजाब अमृतसर जाना होया है, कुछ कहोगे सर? श्री हरिमंदर साहब भी आए हो? नहीं, आता रहना मैं, हरिमंदर साहब भी आए, आते ही रही दा मत्था टेकीदा, बस अनाउंसमेंट करके नहीं आए। पर इलेक्शन तो बाद मैं बहुत घर तुहानू किसी फंक्शन ते किसी एक्टिविटी ते देखिया जी। मेरे परसनल फैमिली च कुछ बीमारी सी तो उस करके मैं उन्हें अटेंड कर रहा सी, लेकिन अमृतसर आना जाना रहिंदा अपना घर है। अच्छा, हुण मत्था टेक के आए हैं, मत्था टेकिया वा। अच्छा, तुसी देखदे हो पे हो कि हुण सरकार बन गई है, सरकार दा सारा चलन शुरू हो गया है, पंजाब बस किस तरह देखते हो तुसी, क्योंकि तुसी इस खिते दे विच हो, तुसी देखिया है इसनूं कि पंजाब इस वेले की कर रहा है, किस तरह दी लग रही है सरकार? 28 साल दा उन्हां दा टर्नओवर हो गया। देखो, तुहानूं पता कि मैं मिट्टी वगैरह सुत्तण च बिलीव नहीं करदा। इस टाइम ते आपां मत्था टेकण आए हां और इहो ही अरदास है कि दुनिया अगे डिवेलपमेंट ते निकल रही है ते पंजाब ते खास तौर ते अमृतसर नूं ओ मिस नहीं करना चाहिदा। बड़ा क्लीयरली लेआउट कीता आ, जिहड़ियां चीज़ां च मैं हैल्प कर सकदा मैं हैल्प करन लई बिल्कुल तैयार है। ਤੁਸੀਂ ਲਾਈਫ ਸ਼ੁਰੂ ਕੀਤੀ ਸੀਗੀ ਐਸੇ ਐਸੇ ਕੰਮ ਤੋਂ, ਰਾਜਨੀਤੀ ਦੀ ਸ਼ੁਰੂਆਤ ਕੀਤੀ ਸੀਗੀ, ਹੁਣ ਅੱਗੋਂ ਕੀ ਤੁਹਾਡਾ ਰਹੇਗਾ ਟਾਰਗੇਟ, ਰਹੇਗਾ ਕਿਸ ਤਰ੍ਹਾਂ ਦਾ ਰਹੇਗਾ ਕਿ ਲੋਕਾਂ ਦੀ ਅੰਮ੍ਰਿਤਸਰ ਲਈ ਡਿਵੈਲਪਮੈਂਟ ਲਈ ਕੰਮ ਕਰਨਾ? ਠੀਕ ਹੈ, ਜੋ ਵੀ ਕਰ। ਥੈਂਕ ਯੂ। ਸੋ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਅੰਮ੍ਰਿਤਸਰ ਤੋਂ ਲੋਕ ਸਭਾ ਕੈਂਡੀਡੇਟ ਸਨ ਬੀਜੇਪੀ ਦੇ, ਉਹ ਅੱਜ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ। ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ। ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਅੰਮ੍ਰਿਤਸਰ ਦੇ ਡਿਵੈਲਪਮੈਂਟ ਲਈ ਉਹ ਵਚਨਬੱਧ ਨੇ। ਜਿਸ ਤਰ੍ਹਾਂ ਉਹ ਆਪਣੇ ਇਲੈਕਸ਼ਨ ਕੰਪੇਨ 'ਚ ਵੀ ਇਹ ਗੱਲ ਬਾਰ ਬਾਰ ਕਹਿੰਦੇ ਸਨ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ, ਅੰਮ੍ਰਿਤਸਰ ਦੇ ਵਪਾਰੀ ਜਿਹੜੇ ਨੇ ਉਹਨਾਂ ਨੂੰ ਉੱਪਰ ਲੈ ਕੇ ਜਾਣਾ, ਉਹਨਾਂ ਦੇ ਵਪਾਰ ਦੇ ਵਿੱਚ ਹੋਰ ਵਾਧਾ ਕਰਨ ਦੇ ਜੋ ਤਕਨੀਕ ਹੈ, ਜੋ ਵਿਧੀ ਹੈ ਉਹਨਾਂ ਕੋਲ, ਉਹੋ ਹੀ ਵਿਧੀ ਨੂੰ ਇੱਥੇ ਕਰਨਾ ਚਾਹੁੰਦੇ ਨੇ, ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਸੋ ਇਸੇ ਤਹਿਤ ਉਹ ਹੁਣ ਵੀ ਵਚਨਬੱਧ ਹੈ ਕਿ ਉਹ ਆਪਣੇ ਉਸੇ ਹੀ ਜਿਹੜਾ ਕੰਮ ਸੀਗਾ ਉਸਨੂੰ ਇਸੇ ਤਰ੍ਹਾਂ ਜਾਰੀ ਰੱਖਣਗੇ, ਚਾਹੇ ਉਹ ਬੀਜੇਪੀ ਤੋਂ ਲੋਕ ਸਭਾ ਸੀਟ ਬੀਜੇਪੀ ਹਾਰ ਗਈ ਸੀਗੀ। ਤਰਨਜੀਤ ਸਿੰਘ ਸੰਧੂ ਜਿਹੜੇ ਇਸ ਸੀਟ ਤੋਂ ਨਹੀਂ ਜਿੱਤ ਸਕੇ ਸਨ, ਪਰ ਉਹ ਫਿਰ ਵੀ ਅੱਜ ਵੀ ਵਚਨਬੱਧ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ, ਕਿਉਂਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਔਰ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਜਿਸ ਤਰ੍ਹਾਂ ਉਹਨਾਂ ਨੇ ਅੱਗੇ ਕਰਦੇ ਸਨ ਹੁਣ ਵੀ ਕਰਨਗੇ। ਜਦੋਂ ਰਾਜਨੀਤੀ 'ਚ ਆਉਣ ਤੋਂ ਬਾਅਦ ਉਹਨਾਂ ਦਾ ਜਿਹੜਾ ਟੀਚਾ ਸੀਗਾ ਉਹ ਉਸੇ ਤਰ੍ਹਾਂ ਹੀ ਚੱਲਣਗੇ। ਇਸ ਤੋਂ ਇੱਥੋਂ ਦੇ ਵਪਾਰੀਆਂ ਦਾ ਵਪਾਰ ਦੇ ਵਪਾਰ ਨੂੰ ਹੋਰ ਵਧਾਉਣ ਲਈ, ਇੱਥੋਂ ਦੇ ਕਿਸਾਨਾਂ ਦੇ ਲਈ, ਉਹਨਾਂ ਦੀ ਕਿਸਾਨੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਨੇ। ਔਰ ਜਿਹੜੀਆਂ ਟੈਕਨੀਕਸ ਉਹਨਾਂ ਨੇ ਉਸ ਵੇਲੇ ਵੀ ਕਹੀਆਂ ਸਨ ਉਹ ਵੀ ਹਜੇ ਵੀ ਉਹਨਾਂ ਕੋਲ ਟੈਕਨੀਕਸ ਹੈ ਔਰ ਅੰਮ੍ਰਿਤਸਰ ਦੀ ਹੀ ਸੇਵਾ ਕਰਨੀ ਉਹਨਾਂ ਦਾ ਪ੍ਰਥਮ ਕਰਤੱਵ ਹੈ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।